ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ ਸੰਗਤ ਜੀ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਜੀਵਨ ਬਿਰਤਾਂਤ ਅੱਗੇ ਵਧਾਉਂਦੇ ਹੋਏ ਬਾਦਸ਼ਾਹ ਨਾਲ ਗੁਰੂ ਜੀ ਦਾ ਮੇਲ ਮਲਾਪ ਵੇਖ ਕੇ ਚੰਦੂ ਬੜਾ ਔਖਾ ਹੁੰਦਾ ਸੀ ਅਤੇ ਕਿਸੇ ਸਮੇਂ ਦੀ ਤਾੜ ਵਿੱਚ ਸੀ ਕਿ ਇਸ ਮੇਲ ਮਲਾਪ ਵਿੱਚ ਕਿਸੇ ਤਰ੍ਹਾਂ ਵਿਗਨ ਪੈ ਜਾਵੇ ਸਬਬ ਨਾਲ ਇੱਕ ਦਿਨ ਜਹਾਂਗੀਰ ਨੂੰ ਤਾਪ ਚੜ ਗਿਆ ਤਾਂ ਚੰਦੂ ਨੇ ਨਜੂਮੀਆਂ ਨੂੰ ਸਦਕੇ 500 ਰੁਪਇਆ ਦੇ ਕੇ ਸਿਖਾਇਆ ਕਿ ਤੂੰ ਬਾਦਸ਼ਾਹ ਨੂੰ ਆ ਕੇ ਤੁਹਾਨੂੰ ਸਾੜ ਸਤੀ ਆਈ ਹੋਈ ਹੈ ਜਿਸ ਨਾਲ ਬੜਾ ਕਸ਼ਟ ਹੋਣ ਦੀ ਸੰਭਾਵਨਾ ਹੈ ਇਸ ਦਾ ਉਪਾਅ ਜਲਦੀ ਕਰਨਾ ਚਾਹੀਦਾ ਹੈ ਜਦ ਨਜੂਮੀਆਂ ਨੇ ਜਹਾਂਗੀਰ ਨੂੰ ਇਹ ਗੱਲ ਦੱਸੀ ਤਾਂ ਉਸ ਨੇ ਪੁੱਛਿਆ ਕਿ ਇਸ ਦਾ ਕੀ ਉਪਾਅ ਕਰਨਾ ਚਾਹੀਦਾ ਹੈ ਤਾਂ ਨਜੂਮੀਆਂ ਨੇ ਜਿਵੇਂ ਚੰਦੂ ਨੇ ਉਸ ਨੂੰ ਸਿਖਾਇਆ ਸੀ ਕਿਹਾ ਕਿ ਜਿਹੜਾ ਪ੍ਰਮਾਤਮਾ ਦਾ ਨਾਮ ਲੈਣ ਵਾਲਾ ਪ੍ਰਭੂ ਦਾ ਪਿਆਰਾ ਅਤੇ ਲੋਕਾਂ ਵਿੱਚ ਮਾਨਣੀਏ ਪੂਜ ਹੋਵੇ ਉਹ ਜੇਕਰ 40 ਦਿਨ ਗਵਾਲੀਅਰ ਦੇ ਕਿਲੇ ਵਿੱਚ ਇਕਾਂਤ ਬੈਠ ਕੇ ਤੁਹਾਡੇ ਨਮਿਤ ਮਾਲਾ ਫੇਰੇ ਅਤੇ ਵਰਣੀ ਕਰੇ ਤਾਂ ਇਹ ગ્રਹੂ ਦੂਰ ਹੋ ਸਕਦਾ ਹੈ ਨਜੂਮੀਆਂ ਦੀ ਗੱਲ ਸੁਣ ਕੇ ਬਾਦਸ਼ਾਹ ਨੇ ਆਪਣੇ ਅਹਿਲਕਾਰਾਂ ਨੂੰ ਕਿਹਾ ਕਿ ਇਨ੍ਹਾਂ ਗੁਣਾ ਵਾਲੇ ਕਿਸੇ ਆਦਮੀ ਨੂੰ ਲੱਭ ਕੇ ਛੇਤੀ ਲਿਆਓ ਇਸ ਸਮੇਂ ਚੰਦੂ ਜੋ ਹੋਰ ਅਹਿਲਕਾਰਾਂ ਨਾਲ ਪਾਦਸ਼ਾਹ પાસે ਬੈਠਾ ਸੀ ਝੱਟ ਬੋਲਿਆ ਕਿ ਜਹਾ ਆਪਣਾ ਸ੍ਰੀ ਗੁਰੂ ਹਰਗੋਬਿੰਦ ਜੀ ਇਸ ਕੰਮ ਵਾਸਤੇ ਬਹੁਤ ਯੋਗ ਹਨ ਉਹਨਾਂ ਨੂੰ ਜੇਕਰ ਬੇਨਤੀ ਕਰਕੇ ਗਵਾਲੀਅਰ ਦੇ ਕਿੜੇ ਵਿੱਚ ਭੇਜ ਦਿੱਤਾ ਜਾਵੇ ਤਾਂ ਉਹਨਾਂ ਦੀ ਪ੍ਰਾਰਥਨਾ ਸ਼ਕਤੀ ਨਾਲ ਆਪ ਜੀ ਦਾ ਗਰੋ ਅਵਸ਼ਿਅ ਹੀ ਟਲ ਜਾਏਗਾ ਬਾਦਸ਼ਾਹ ਜੋ ਸੇਮਿਆਂ ਬੈਠਾ ਸੀ ਝੱਟ ਹੀ ਇਹ ਗੱਲ ਮੰਨ ਗਿਆ ਗੁਰੂ ਜੀ ਨੂੰ ਸੱਦ ਕੇ ਆਪਣੀ ਸਾਰ ਸੱਤੀ ਵਾਲੀ ਗੱਲ ਦੱਸ ਕੇ ਬੇਨਤੀ ਕੀਤੀ ਕਿ ਆਪ ਮੇਰੀ ਭਲਾਈ ਵਾਸਤੇ ਇੱਕ 40 ਹ ਗਵਾਲੀਅਰ ਦੇ ਕਿਲੇ ਵਿੱਚ ਕਟੋ ਗੁਰੂ ਜੀ ਭਵਿੱਖਤ ਦੀ ਵਾਰਤਾਂ ਨੂੰ ਜਾਣਦੇ ਸਨ ਇਸ ਗੱਲ ਨੂੰ ਪ੍ਰਵਾਨ ਕਰਕੇ ਆਪਣੇ ਪੰਜ ਸਿੱਖਾਂ ਨੂੰ ਨਾਲ ਲੈ ਕੇ ਗਵਾਲੀਅਰ ਦੇ ਕਿਲੇ ਵਿੱਚ ਪ੍ਰਵੇਸ਼ ਕਰ ਗਏ ਗਿਆਨੀ ਗਿਆਨ ਸਿੰਘ ਜੀ ਨੇ ਇਹ 11 ਵਿਸਾਖ ਸੰਮਤ 1674 ਦਾ ਲਿਖਿਆ ਹੈ ਜਾਂਗੀਰ ਦੇ ਕਿਲੇ ਦੇ ਦਰੋਗੇ ਹਰੀਦਾਸ ਨੂੰ ਲਿਖਿਆ ਕਿ ਗੁਰੂ ਜੀ ਮੇਰੀ ਖਾਤਰ ਕਿਲੇ ਵਿੱਚ 40 ਹਾ ਕਟਣ ਆ ਰਹੇ ਹਨ ਇਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਤਕਲੀਫ ਨਾ ਹੋਣ ਦੇਣੀ ਇਹਨਾਂ ਦੇ ਹੁਕਮ ਦੀ ਪਾਲਣਾ ਕਰਨੀ ਅਤੇ ਪ੍ਰਸੰਨ ਰੱਖਣਾ ਬਾਦਸ਼ਾਹ ਦੇ ਹੁਕਮ ਅਨਸਾਰ ਗੁਰੂ ਜੀ ਨੂੰ ਹਰ ਪ੍ਰਕਾਰ ਦੀ ਸਹੂਲਤ ਅਤੇ ਰੋਜੀਨਾ ਮਿਲਣ ਲੱਗਾ ਗੁਰੂ ਜੀ ਪਾਤਸ਼ਾਹੀ ਰੁਪਏ ਦੀ ਰਸਤ ਮੰਗਵਾ ਕੇ ਕੜਾ ਪ੍ਰਸ਼ਾਦ ਅਤੇ ਹੋਰ ਚੰਗੇ ਪਦਾਰਥ ਤਿਆਰ ਕਰਵਾ ਕੇ ਉਹਨਾਂ ਰਾਜਪੂਤ 52 ਕੈਦੀਆਂ ਰਾਜਿਆਂ ਨੂੰ ਛੁਕਾ ਦਿੰਦੇ ਜਿਹੜੇ ਬਾਦਸ਼ਾਹ ਦੇ ਹੁਕਮ ਨਾਲ ਇਸ ਕਿਲੇ ਵਿੱਚ ਕੈਦ ਕੀਤੇ ਹੋਏ ਸਨ ਅਤੇ ਆਪ ਭਾਈ ਭੈੜਾ ਵਿਦੀਚੰਦ ਪਰਾਣਾ ਅਤੇ ਜੇਠਾ ਦੀ ਕਿਰਤ ਕਮਾਈ ਦਾ ਭੋਜਨ ਤਿਆਰ ਕਰਕੇ ਛਕਦੇ ਗੁਰੂ ਜੀ ਦੇ ਪੰਜ ਸਿੱਖ ਸਾਥੀਆਂ ਵਿੱਚੋਂ ਇੱਕ ਗੁਰੂ ਜੀ ਦਾ ਪਾਸ ਰਹਿੰਦਾ ਸੀ ਅਤੇ ਬਾਕੀ ਚਾਰ ਕਿਲੇ ਤੋਂ ਬਾਹਰ ਨਿਕਲ ਕੇ ਮਿਹਨਤ ਮਜ਼ਦੂਰੀ ਕਰਕੇ ਜੋ ਪੈਸਾ ਟਕਾ ਕਮਾਉਂਦੇ ਸਨ ਉਸ ਦੀ ਰਸਦ ਲੈ ਕੇ ਆਉਂਦੇ ਸਨ ਉਸ ਦਾ ਭੋਜਨ ਤਿਆਰ ਕਰਕੇ ਗੁਰੂ ਜੀ ਨੂੰ ਸ਼ਿਕਾਉਂਦੇ ਅਤੇ ਆਪ ਛਕਦੇ ਸਨ ਗੁਰੂ ਜੀ ਦੇ ਗਵਾਲੀਅਰ ਦੇ ਕਿਲੇ ਵਿੱਚ ਜਾਣ ਦੀ ਜਦ ਅੰਮ੍ਰਿਤਸਰ ਮਾਤਾ ਗੰਗਾ ਜੀ ਅਤੇ ਸਿੱਖਾਂ ਨੂੰ ਖਬਰ ਹੋਈ ਤਾਂ ਮਾਤਾ ਜੀ ਨੇ ਭਾਈ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਗਵਾਲੀਅਰ ਗੁਰੂ ਜੀ ਦੀ ਖਬਰ ਲੈਣ ਭੇਜਿਆ ਗਿਆ ਇਸ ਤਰ੍ਹਾਂ ਜਦ ਸਿੱਖਾਂ ਨੂੰ ਗੁਰੂ ਜੀ ਦਾ ਗਵਾਲੀਅਰ ਦੇ ਕਿਲੇ ਵਿੱਚ ਜਾਣ ਦਾ ਪਤਾ ਲੱਗਦਾ ਹੈ ਸਿੱਖ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਨ ਕਰਨ ਆਉਂਦੇ ਹਨ ਕਿਲੇ ਦੇ ਦਰਵਾਜ਼ੇ ਨੂੰ ਮੱਥਾ ਟੇਕ ਕੇ ਬੈਠ ਜਾਂਦੇ ਹਨ ਸ਼ਬਦ ਪੜਦੇ ਅਤੇ ਕੜਾ ਪ੍ਰਸ਼ਾਦ ਕਰਾ ਕੇ ਸ਼ਬਦ ਪੜਦੇ ਹੋਏ ਵਾਪਸ ਚਲੇ ਜਾਂਦੇ ਹਨ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨਾਲ ਹਜ਼ਾਰਾਂ ਸਿੱਖ ਮਿਲ ਕੇ ਗੁਰੂ ਜੀ ਦੇ ਦਰਸ਼ਨ ਕਰਨ ਆਏ ਗੁਰੂ ਜੀ ਨੇ ਸਭ ਨੂੰ ਧੀਰਜ ਦਿੱਤੀ ਅਤੇ ਮਾਤਾ ਜੀ ਨੂੰ ਇੱਕ ਚਿੱਠੀ ਲਿਖ ਭੇਜੀ ਕਿ ਆਪ ਜੀ ਨੇ ਕੋਈ ਫਿਕਰ ਨਹੀਂ ਕਰਨਾ ਅਸੀਂ ਛੇਤੀ ਹੀ ਤੁਹਾਡੇ ਪਾਸ ਆ ਜਾਵਾਂਗੇ ਜਦ 40 ਦਿਨਾਂ ਤੋਂ ਬਾਅਦ ਉਹ ਦਿਨ ਪੂਰੇ ਹੋ ਗਏ ਤਾਂ ਸਿੱਖਾਂ ਨੂੰ ਬਹੁਤ ਚਿੰਤਾ ਹੋਈ ਕਿ ਬਾਦਸ਼ਾਹ ਨੇ ਗੁਰੂ ਜੀ ਨੂੰ ਬਾਹਰ ਕਿਉਂ ਨਹੀਂ ਬੁਲਾਇਆ ਉਧਰ ਬਾਦਸ਼ਾਹ ਨੂੰ ਵਹਿਮ ਦਾ ਰੋਗ ਹੋ ਗਿਆ ਅਤੇ ਉਹ ਰਾਤ ਨੂੰ ਡਰ-ਡਰ ਕੇ ਉੱਠਣ ਲੱਗਾ ਦੁਬਿ斯坦 ਮੁਜਾਹਬ ਨੇ ਆਪਣੀ ਪੁਸਤਕ ਵਿੱਚ ਲਿਖਿਆ ਹੈ ਕਿ ਹਜ਼ਾਰਾਂ ਸਿੱਖ ਜੋ ਰੋਜ਼ ਗੁਰੂ ਜੀ ਦੇ ਦਰਸ਼ਨ ਕਰਨ ਆਉਂਦੇ ਹਨ ਅਤੇ ਬੇਅੰਤ ਉਹ ਜਿਹੜੇ ਘਰ ਬੈਠੇ ਹੀ ਗੁਰੂ ਜੀ ਦੇ ਦਰਸ਼ਨਾਂ ਉਤਸ ਰਏ ਹਨ ਉਹਨਾਂ ਦੀ ਆਹ ਅਤੇ ਵੱਦ ਅਸੀਸ ਨਾਲ ਬਾਦਸ਼ਾਹ ਨੂੰ ਵਹਿਮ ਹੋ ਗਿਆ ਅਤੇ ਉਸ ਨੂੰ ਭਿਆਨਕ ਸ਼ੇਰ ਆਦਿ ਦੀਆਂ ਸ਼ਕਲਾਂ ਰਾਤ ਨੂੰ ਦਿਸਣ ਲੱਗੀਆਂ ਜਿੰਨਾ ਤੋਂ ਭੈਪੀਤ ਹੋ ਕੇ ਉਹ ਡਰ-ਡਰ ਉੱਠਣ ਲੱਗਾ ਇੱਕ ਬਾਦਸ਼ਾਹ ਪੀਰ ਜਲਾਲਦੀਨ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਪੀਰ ਨੇ ਕਿਹਾ ਕਿ ਤੂੰ ਕਿਸੇ ਰੱਬ ਦੇ ਪਿਆਰੇ ਨੂੰ ਦੁੱਖ ਦਿੱਤਾ ਹੈ ਜਿਸ ਦਾ ਫਲ ਤੈਨੂੰ ਇਹ ਮਿਲ ਰਿਹਾ ਹੈ ਉਪਰੰਤ ਮੀਆਂ ਮੀਰ ਜੀ ਨੇ ਦਿੱਲੀ ਜਾ ਕੇ ਬਾਦਸ਼ਾਹ ਨੂੰ ਉਸ ਦੇ ਇਸ ਰੋਗ ਦਾ ਇਹ ਕਾਰਨ ਦੱਸਿਆ ਮੀਆਂ ਮੀਰ ਜੀ ਨੇ ਚੰਦੂ ਦੀ ਇਹ ਸਾਰੀ ਗੱਲ ਸੁਣਾਈ ਜਿਸ ਕਰਕੇ ਅਤੇ ਜਿਸ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ ਉਨ੍ਹਾਂ ਦੇ ਸੁਪੁੱਤਰ ਨੂੰ ਹੁਣ ਤੋਂ ਫਿਰ ਚੰਦੂ ਦੇ ਅੱਖੇ ਲੱਗ ਕੇ ਕੈਦ ਕਰ ਲਿਆ ਹੈ ਇਹ ਸਭ ਤਾਂ ਤੇਰੇ ਸਿਰ ਤੇ ਪਾਪ ਲੱਗਾ ਹੈ ਅਤੇ ਤੈਨੂੰ ਬੇਆਰਾਮੀ ਹੋ ਰਹੀ ਹੈ ਇਹ ਵੀ ਲਿਖਿਆ ਕਿ ਭਾਈ ਜੇਠਾ ਆਪਣੇ ਸਿੱਧੀਆਂ ਦੇ ਬਲ ਕਰਕੇ ਰਾਤ ਨੂੰ ਸ਼ੇਰ ਬਣ ਕੇ ਬਾਦਸ਼ਾਹ ਨੂੰ ਡਰਾਉਂਦੇ ਸੀ ਪਰ ਜਦ ਇਸ ਗੱਲ ਦਾ ਗੁਰੂ ਜੀ ਨੂੰ ਪਤਾ ਲੱਗਾ ਤਾਂ ਆਪ ਜੀ ਨੇ ਭਾਈ ਜੇਠੇ ਨੂੰ ਇਸ ਕੰਮ ਤੋਂ ਮਨਾ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ